ਦੱਸਿਆ ਗਿਆ। ਢਿੱਲੋ ਸਾਹਿਬ ਕੀ ਮਾਮਲਾ ਹੁਣ ਤੁਹਾਡੇ ਸਾਹਮਣੇ ਆ ਜੋ ਤੁਸੀਂ ਸਰ ਘਟਨਾ ਸਥਾਨ ਤੇ ਪਹੁੰਚੇ ਸੀ ਕੀ ਦੇਖਿਆ? ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਸੀਗੀ ਦੋ ਲੇਡੀਜ਼ ਦੇ ਇੰਜਰਡ ਹੋਣ ਕਾਰਨ ਝੁੱਲਿਆਂ ਤੋਂ 60 ਵਜੇ ਉਹਨਾਂ ਦੇ ਕੋਈ ਉਹ ਜੋ ਵਰਧਮਾਨ ਹੋਸਪਿਟਲ ਵਿੱਚ ਐਡਮਿਟ ਨੇ ਜੇਰੇ ਇਲਾਜ ਦੇ, ਉਹਨਾਂ ਦੇ 60 ਲੱਗਣ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਮੌਕੇ 'ਤੇ ਆਏ ਹਾਂ। ਜਿਹੜੇ ਝੁੱਲੇ ਤੋਂ ਦੱਸਿਆ ਜਾਂਦਾ ਕਿ ਇਸ ਝੁੱਲੇ ਤੋਂ 60 ਵਜੇ ਉਹ ਝੁੱਲਾ ਬੰਦ ਸੀਗਾ ਜੀ। ਸਰ ਕੋਈ ਆਯੋਜਕਾਂ ਨਾਲ ਪ੍ਰਬੰਧਕ ਜਾਂ ਮੈਨੇਜਰ ਨਾਲ ਕੋਈ ਸੰਪਰਕ ਹੋ ਸਕੇ? ਫਿਲਹਾਲ ਤੱਕ ਤਾਂ ਨਹੀਂ ਕੋਈ ਕੰਟੈਕਟ ਹੋਇਆ। ਮੌਕੇ 'ਤੇ ਮਿਲਿਆ ਨਹੀਂ ਜੀ? ਨਹੀਂ। ਯਾਨੀ ਕਿ ਐਕਸ਼ਨ ਲਿਆ ਜਾਊਗਾ ਕਾਨੂੰਨ ਅਨੁਸਾਰ ਜਿਹੜੀ? ਹਾਂਜੀ ਹਾਂ, ਜੋ ਵੀ ਚੀਜ਼ ਸਾਹਮਣੇ ਆਊਗੀ ਜਿੱਥੇ ਵੀ ਲੈਪਸ ਹੋਊਗਾ। ਸਰ ਕੋਈ ਪਰਮਿਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ, ਲਈ ਗਈ ਸੀ ਪਰਮਿਸ਼ਨ ਪ੍ਰਸ਼ਾਸਨ ਦੇ ਵੱਲੋਂ? ਇਹ ਅਲੱਗ ਅਲੱਗ ਡਿਪਾਰਟਮੈਂਟ ਤੋਂ ਪਰਮਿਸ਼ਨ ਲੈ ਕੇ ਹੀ ਇਹੋ ਜਿਹਾ ਮੇਰਾ ਲੱਗਦਾ ਜੀ। ਜੀ, ਉਹ ਚੀਜ਼ਾਂ ਸਾਰਿਆਂ ਨੂੰ ਆਪਾਂ ਦੇਖਾਂਗੇ।